ਗੁੱਡ ਈਵਨਿੰਗ ਸਟੂਡੈਂਟਸ ਮਾਈਸੈਲਫ ਜਤਿਨ ਬਾਂਸਲ ਅੱਜ ਆਪਾਂ ਪੰਜਾਬ ਦੇ ਕਰੰਟ ਅਫੇਅਰਸ ਡਿਸਕਸ ਕਰਾਂਗੇ 2020 ਦੇ ਇਸ ਦਾ ਪਾਰਟ 1 ਹੈਗਾ ਬਿਲਕੁਲ ਨਵੀਂ ਸੀਰੀਜ਼ ਹੈ ਤੁਹਾਨੂੰ ਪੰਜਾਬ ਦੇ ਐਗਜ਼ਾਮ ਦੇ ਵਿੱਚ ਬਹੁਤ ਹੈਲਪ ਕਰੇਗੀ ਪੰਜਾਬ ਦੇ ਕਰੰਟ ਅਫੇਅਰਸ ਜੋ ਸਟੂਡੈਂਟ ਪੀਸੀਐਸ ਦਾ ਪੇਪਰ ਦੇਣ ਜਾ ਰਹੇ ਨੇ ਜਾਂ ਪੀਪੀਐਸਸੀ ਦਾ ਆਣ ਵਾਲੇ ਕੋਈ ਵੀ ਪੇਪਰ ਦੇਣਗੇ ਉਹਨਾਂ ਨੂੰ ਕਰੰਟ ਅਫੇਅਰਸ ਪੰਜਾਬ ਦੇ ਆਣੇ ਚਾਹੀਦੇ ਨੇ ਤਾਂ ਸਟੂਡੈਂਟਸ ਆਪਣੀ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਹੋ ਵੀ ਤਾਂ ਜੋ ਪੰਜਾਬ ਦੇ ਹਰ ਇੱਕ ਸਟੂਡੈਂਟ ਪਾਸ ਪੰਜਾਬ ਦੇ ਕਰੰਟ ਅਫੇਅਰਸ ਪਹੁੰਚ ਜਾਣ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਤਾਂ ਪੰਜਾਬ ਦੇ ਕਰੰਟ ਅਫੇਅਰਸ ਆਪਾਂ ਡਿਸਕਸ ਕਰਾਂਗੇ 2020 ইয়ার ਦੇ ਐਡਵੋਕੇਟ ਜਰਨਲ ਆਫ ਪੰਜਾਬ ਤਾਂ ਆਪਣੇ ਪੰਜਾਬ ਦਾ ਐਟ ਪ੍ਰੈਜ਼ੈਂਟ ਜਿਹੜਾ ਐਡਵੋਕੇਟ ਜਰਨਲ ਹੈਗਾ Atul Nanda نیوز ਦੇ ਵਿੱਚ ਆ ਰਿਹਾ ਸੀਗਾ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਣਾ ਕਿਸਾਨ ਦਾ ਵਿਰੋਧ ਹੋ ਰਿਹਾ ਹੈ ਖੇਤੀਬਾੜੀ ਬਿਲਾਂ ਦਾ ਤਾਂ ਆਪਣੇ ਪੰਜਾਬ ਦੇ ਸੀਐਮ ਨੇ ਐਡਵੋਕੇਟ ਜਰਨਲ ਤੋਂ ਸਲਾਹ ਮੰਗੀ ਸੀ Atul Nanda ਤੋਂ ਤਾਂ ਇਸ ਕਰਕੇ نیوز ਦੇ ਵਿੱਚ ਨੇ ਤਾਂ ਐਡਵੋਕੇਟ ਜਰਨਲ ਆਫ ਪੰਜਾਬ Atul Nanda ਜੀ ਨੇ ਹਾਂਜੀ ਨੈਕਸਟ ਪੁਆਇੰਟ ਸਸਟੇਨੇਬਲ ਡਿਵੈਲਪਮੈਂਟ ਗੋਲਸ ਐਕਸ਼ਨ ਅਵਾਰਡ 기ਵਨ ਬਾਈ ਪੰਜਾਬ ਪਲੈਨਿੰਗ ਡਿਪਾਰਟਮੈਂਟ ਇਨ ਕੋਲੈਬੋਰੇਸ਼ਨ ਵਿਦ UNDP ਤਾਂ ਕੁਐਸਚਨ ਇਸ ਤਰੀਕੇ ਨਾਲ ਆ ਸਕਦਾ ਜਿਵੇਂ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲ ਐਕਸ਼ਨ ਅਵਾਰਡਸ ਨੇ ਆਪਣੇ ਪੰਜਾਬ ਦੇ ਕਿਸ ਡਿਪਾਰਟਮੈਂਟ ਨੇ ਦਿੱਤੇ ਨੇ ਤਾਂ ਉਹ ਡਿਪਾਰਟਮੈਂਟ ਹੈਗਾ ਪੰਜਾਬ ਪਲੈਨਿੰਗ ਡਿਪਾਰਟਮੈਂਟ ਕਿਸ ਦੇ ਕੋਲੈਬੋਰੇਸ਼ਨ ਮਤਲਬ ਕਿਸ ਦੇ ਨਾਲ ਦਿੱਤੇ ਨੇ UNDP ਬਹੁਤ ਹੀ ਫੇਮਸ ਤੁਹਾਨੂੰ ਪਤਾ ਹੀ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਹੈ ਜਿਹੜਾ ਆਪਣੇ ਪੰਜਾਬ ਪਲੈਨਿੰਗ ਡਿਪਾਰਟਮੈਂਟ ਤੇ ইউএনਡੀਪੀ ਦੋਹਾਂ ਨੇ ਇਕੱਠੇ ਹੋ ਕੇ ਇਹ ਅਵਾਰਡ ਡਿਸਟ੍ਰੀਬਿਊਟ ਕੀਤੇ ਨੇ ਸਸਟੇਨੇਬਲ ਡਵੈਲਪਮੈਂਟ ਗੋਲ ਗੋਲ ਅਵਾਰਡਸ 2020 ਦੇ ਇਸ ਦੇ ਵਿੱਚ ਟੋਟਲ 17 ਵਿਨਰਸ ਨੂੰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਅਵਾਰਡ ਮਿਲੇ ਨੇ ਤੇ ਸਪੈਸ਼ਲ 2 ਸਪੈਸ਼ਲ ਐਂਟਰੀਜ਼ ਦੇ ਵਿੱਚ ਅਵਾਰਡ ਮਿਲੇ ਨੇ ਤੇ ਜਿਹੜੇ ਦੋ ਸਪੈਸ਼ਲ ਐਂਟਰੀਜ਼ ਦੇ ਵਿੱਚ ਅਵਾਰਡ ਮਿਲੇ ਨੇ ਇਹ ਕੁਐਸਚਨ ਇਗਜ਼ਾਮ ਦੇ ਵਿੱਚ ਆ ਸਕਦਾ ਹੈ that is the special humanitarian action award ਤਾਂ ਇਹ ਵਾਲਾ ਆਵਾਡ ਇਸ ਵਾਰ ਇਹ ਦਿੱਤਾ ਹੈਗਾ ਸੋਨੂ ਸੂਦ ਨੂੰ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਵਿਡ-19 ਦੇ ਵਿੱਚ ਜਦੋਂ ਆਪਣੇ ਲੋਕ ਇੱਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਸੀਗੇ ਤਾਂ ਆਪਣੇ ਜਿਹੜੇ ਲੇਬਰ ਵਾਲੇ ਪਰਸਨ ਸੀਗੇ ਸੋਨੂ ਸੂਦ ਨੇ ਆਪਣੇ ਖਰਚੇ ਤੇ ਕਾਫੀ ਲੇਬਰ ਵਾਲੇ ਲੋਕਾਂ ਦਾ ਸਾਥ ਦਿੱਤਾ ਸੀਗਾ ਤਾਂ ਇੱਕ ਹੈਗਾ ਐਸ ਪੀ ਐਸ ਓਵਰਆਈ ਇਹ ਆਪਣੇ ਐਨ ਜੀਓ ਚਲਾਉਂਦੇ ਨੇ ਇੱਕ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਇਨਾਂ ਨੂੰ ਜਿਹੜਾ ਮਤਲਬ ਇਹ ਸਪੈਸ਼ਲ ਹਿਊਮੈਨਿਟੇਰੀਅਨ ਐਕਸ਼ਨ ਅਵਾਰਡ ਮਿਲਿਆ ਤਾਂ ਇਹ ਕੁਐਸਚਨ ਆਉਣ ਦੇ ਪੂਰੇ ਚਾਂਸ ਨੇ ਬਾਕੀ ਇੱਕ ਇਸ ਦੇ ਅੰਦਰ ਕੈਟਾਗਰੀਜ਼ ਨੇ ਲੀਵਿੰਗ ਨੋ ਵਨ ਬਿਹਾਈਂਡ ਸਪਿਰਿਟ ਅਵਾਰਡ ਤਾਂ ਇਹ ਵਾਲੀ ਕੈਟਾਗਰੀ ਦੇ ਅੰਡਰ ਲੀਵਿੰਗ ਨੋ ਵਨ ਬਿਹਾਈਂਡ ਸਪਿਰਿਟ ਅਵਾਰਡ ਇਹ ਮਿਸਟਰ ਇਕਬਾਲ ਸ਼ਾਹ ਨੂੰ ਮਿਲਿਆ ਇੰਡੀਵਿਜੂਅਲ ਕੈਟਾਗਰੀ ਦੇ ਵਿੱਚ ਤੇ ਸਪੀਕਿੰਗ ਹੈਂਡਜ਼ ਫਾਊਂਡੇਸ਼ਨ ਇੱਕ ਐਨਜੀਓ ਹੈ ਇਸ ਨੂੰ ਅਵਾਰਡ ਮਿਲਿਆ ਲੀਵਿੰਗ ਨੋ ਵਨ ਬਿਹਾਈਂਡ ਸਪਿਰਿਟ ਅਵਾਰਡ ਇੱਕ ਸੋਸ਼ਲ ਅਪਲਿਫਟਮੈਂਟ ਵੈਲਫੇਅਰ ਅਵਾਰਡ ਇਹ ਵਾਲਾ ਅਵਾਰਡ ਇਨਫੋਸਿਸ ਨੂੰ ਮਿਲਿਆ ਤਾਂ ਮਤਲਬ ਹੈਗਾ ਤਾਂ ਸਾਰਾ ਅਵਾਰਡ ਸੀਗੇ ਬਟ ਹੁਣ ਆਪਾਂ ਸਾਰੇ ਤਾਂ ਨਹੀਂ ਕਰ ਸਕਦੇ ਹੈਗੇ ਹਨ ਤਾਂ ਜਿਹੜੇ ਮੈਨੂੰ ਕੁਝ ਇੰਪੋਰਟੈਂਟ ਲੱਗੇ ਤਾਂ ਮੈਂ ਉਹ ਆਪਣੇ ਨੋਟਸ ਦੇ ਵਿੱਚ ਲਿਖ ਦਿੱਤੇ ਹਾਂਜੀ ਵਰਲਡ ਹਾਰਟ ਡੇ ਤਾਂ ਵਰਲਡ ਹਾਰਟ ਡੇ ਹੈ ਜਿਹੜਾ ਆਪਾਂ ਹਰ ਸਾਲ 29 ਸਪਟੈਂਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਨੈਕਸਟ ਹੈਗਾ ਓਨ ਥੀ 113th birth anniversary of shaheed bhagat singh punjab sports and youth service minister rana gurmeet singh soddi announcing that a hockey asturf would be laid at shaheed bhagat singh stadium firozpur ta ede vich ki ki question aa sakde ne dekho pehli gal hai shaheed bhagat singh da janm thonu pata hi hai apna 28 september nu hoya siga 28 september nu is var ਉਹਨਾਂ ਦੀ ਬਰਥ ਐਨੀਵਰਸਰੀ ਸੀਗੀ 113ਵੀਂ ਬਰਥ ਐਨੀਵਰਸਰੀ ਇਸ ਤਰੀਕੇ ਨਾਲ ਕੁਐਸਚਨ ਆ ਜਾਂਦਾ ਹੁੰਦਾ ਵੀ ਸ਼ਹੀਦ ਭਗਤ ਸਿੰਘ ਜੀ ਦੀ ਇਸ ਵਾਰ ਕਿੰਨੀਵੀਂ ਬਰਥ ਐਨੀਵਰਸਰੀ ਸੀ 113ਵੀਂ ਬਰਥ ਐਨੀਵਰਸਰੀ ਤੇ ਆਪਣੇ ਪੰਜਾਬ ਦੇ ਪੰਜਾਬ ਸਪੋਰਟਸ ਐਂਡ ਯੂਥ ਸਰਵਿਸਿਜ਼ ਦੇ ਮਨਿਸਟਰ ਕੌਣ ਨੇ ਰਾਣਾ ਗੁਰਮੀਤ ਸਿੰਘ ਸੋਢੀ ਤਾਂ ਸਪੋਰਟਸ ਮਨਿਸਟਰ ਆਪਣੇ ਪੰਜਾਬ ਦੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਆ ਸਕਦਾ ਹੈ ਉਸ ਤੋਂ ਬਾਅਦ ਇਹ ਵਾਲਾ ਕੁਐਸਚਨ ਆ ਸਕਦਾ ਸ਼ਹੀਦ ਭਗਤ ਸਿੰਘ ਸਟੇਡੀਅਮ ਕਿੱਥੇ ਹੈ ਫਿਰੋਜ਼ਪੁਰ ਦੇ ਵਿੱਚ ਇਹ ਵਾਲਾ ਕੁਐਸਚਨ ਵੀ ਬਹੁਤ ਫੇਮਸ ਬਣ ਸਕਦਾ ਤੇ ਹਾਕੀ ਆਸਟਾਰਫ ਮਤਲਬ ਇੱਕ ਆਰਟੀਫੀਸ਼ਲ ਕਾ ਹੁੰਦੀ ਹੈ ਜਿਹੜੀ ਹਾਕੀ ਦੇ ਲਈ ਮਤਲਬ ਹਾਕੀ ਗਰਾਊਂਡਸ ਦੇ ਲਈ ਲਗਾਈ ਜਾਂਦੀ ਹੁੰਦੀ ਹੈ ਹਾਕੀ ਐਸਟਾਰਫ ਤਾਂ ਇਹ ਇੱਕ ਤਰ੍ਹਾਂ ਦਾ ਹਾਕੀ ਗਰਾਊਂਡ ਬਣ ਜਾਏਗਾ ਆਪਣਾ ਸ਼ਹੀਦ ਭਗਤ ਸਿੰਘ ਸਟੇਡੀਅਮ ਆਪਣਾ ਫਿਰੋਜ਼ਪੁਰ ਦਾ ਨੈਕਸਟ ਹੈਗਾ ਪੰਚਾਇਤ ਐਂਡ ਐਨੀਮਲ ਹਸਬੈਂਡਰੀ ਮਨਿਸਟਰ ਆਫ ਪੰਜਾਬ ਤਾਂ ਆਪਣੇ ਪੰਜਾਬ ਦਾ ਜਿਹੜਾ ਪੰਚਾਇਤੀ ਰਾਜ ਦਾ ਤੇ ਐਨੀਮਲ ਹਸਬੈਂਡਰੀ ਦਾ ਮਨਿਸਟਰ ਹੈਗੇ ਨੇ ਉਹ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾਰ ਜੀ ਨੇ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਿਊਜ਼ ਦੇ ਵਿੱਚ ਸੀਗੇ ਇਹ ਇਸ ਵਾਰ ਪੰਚਾਇਤ ਐਂਡ ਐਨੀਮਲ ਹਸਬੈਂਡਰੀ ਮਨਿਸਟਰ ਪੰਜਾਬ ਦੇ ਤਾਂ ਕਿਉਂਕਿ ਕਰੰਟ ਨਿਊਜ਼ ਚੱਲ ਰਹੇ ਨੇ ਤਾਂ ਦੈਟਸ ਵਾ ਲਿਖਣਾ ਪੈਂਦਾ ਹੁੰਦਾ ਥੈਨ ਸ਼ਹੀਦ ਭਗਤ ਸਿੰਘ ਮੈਮੋਰੀਅਲ ਤਾਂ ਜਿਹੜਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਹੈਗਾ ਕਿੱਥੇ ਆ ਇਹ ਖਟਕਰ ਕਲਾਂ ਦੇ ਵਿੱਚ ਹੈ ਖਟਕਰ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਹੈਗਾ ਆਪਣਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਇਹ ਇਸ ਵਾਰ ਆਪਣਾ ਜਿਹੜਾ ਮਤਲਬ ਕੈਪਟਨ ਸਾਹਿਬ ਨੇ ਸੀਐਮ ਅਮਰਿੰਦਰ ਸਿੰਘ ਜੀ ਨੇ ਇਹਨਾਂ ਨੇ ਕੁਝ ਡੋਨੇਸ਼ਨ ਦਿੱਤੀ ਹੈ ਆਪਣਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਨੂੰ ਮਤਲਬ ਮੁਰੰਮਤ ਕਰਾਉਣ ਦੇ ਲਈ ਹਨਾ ਥੋੜਾ ਜਿਹਾ ਮਤਲਬ ਪੈਸਾ ਦਿੱਤਾ ਸੀਗਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਨੂੰ ਤਾਂ ਇਸ ਕਰਕੇ ਨਿਊਜ਼ ਦੇ ਸੀਗਾ ਤਾਂ ਇਹ ਖਟਕਰ ਕਲਾਂ ਦੇ ਵਿੱਚ ਹੈ ਇਸ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ ਹਾਂਜੀ ਨੈਕਸਟ ਹੈ ਜਰਾ ਵਰਲਡ ਟੂਰਿਜ਼ਮ ਡੇ ਤਾਂ ਬਹੁਤ ਹੀ ਫੇਮਸ ਜਿਹੜਾ ਵਰਲਡ ਟੂਰਿਜ਼ਮ ਡੇ ਆਪਾਂ ਹਰ ਸਾਲ 27 ਸਪਟੈਂਬਰ ਨੂੰ ਸੈਲੀਬ੍ਰੇਟ ਕਰਦੇ ਆ ਤਾਂ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਜਿਆਦਾਤਰ ਫੇਮਸ ਤਾਂ ਆਪਣਾ ਗੋਲਡਨ ਟੈਂਪਲ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਹੈਗਾ ਦੁਰਗਿਆਣਾ ਟੈਂਪਲ ਆਪਣਾ ਅੰਮ੍ਰਿਤਸਰ ਦੇ ਵਿੱਚ ਹੈਗਾ ਵਿਰਾਸਤ ਏ ਖਾਲਸਾ ਆਪਣਾ ਅਨੰਦਪੁਰ ਸਾਹਿਬ ਦੇ ਵਿੱਚ ਹੈਗਾ ਜੰਗੇ ਆਜ਼ਾਦੀ ਮੈਮੋਰੀਅਲ ਆਪਣਾ ਕਰਤਾਰਪੁਰ ਦੇ ਵਿੱਚ ਹੈਗਾ ਜਲੰਧਰ ਦੇ ਵਿੱਚ 22 ਸਟਾਰਨਾਈ ਟੂਰਿਸਟ ਟੂਰਿਸਟ ਪਲੇਸਿਸ ਨੇ ਆਪਣੇ ਪੰਜਾਬ ਦੇ ਵਿੱਚ ਕੁਝ ਤਾਂ ਤੁਸੀਂ ਇਸ ਨਿਊਜ਼ ਦੇ ਨਾਲ ਅਟੈਚ ਕਰ ਸਕਦੇ ਹੋ ਨੈਕਸਟ ਆ ਵਰਲਡ ਰੀਵਰਸ ਡੇ ਤਾਂ ਵਰਲਡ ਰੀਵਰਸ ਡੇ ਬਹੁਤ ਹੀ ਫੇਮਸ ਆਪਾਂ ਹਰ ਸਾਲ 27 ਸਪਟੈਂਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਸਿਰਫ ਤਿੰਨ ਰੀਵਰਸ ਨੇ ਥੈਟ ਇਜ਼ ਦਾ ਬਿਆਸ ਰਾਵੀ ਤੇ ਸਤਲੁਜ ਰਾਵੀ ਬਿਆਸ ਤੇ ਸਤਲੁਜ ਤੇ ਸਭ ਤੋਂ ਜਿਹੜੀ ਆਪਣੇ ਪੰਜਾਬ ਦੀ ਲੋਂਗੇਸਟ ਰਿਵਰ ਹੈਗੀ ਆ ਉਹ ਸਤਲੁਜ ਰਿਵਰ ਹੈਗੀ ਹੈ ਠੀਕ ਹੈ ਤੇ ਤੁਸੀਂ ਪੰਜਾਬ ਜੀਕੇ ਦੇ ਕੰਪਲੀਟ ਪੰਜਾਬ ਜੀਕੇ ਦੇ ਹੈਂਡ ਨੋਟਸ ਦੀ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਾਫੀ ਪਲੇਲਿਸਟਾਂ ਮੈਂ ਗਿਵਨ ਦਿੱਤੀਆਂ ਨੇ ਜਿਵੇਂ ਕੰਪਿਊਟਰ ਦੇ ਐਮਸੀਕਿਊ ਵਾਲੀ ਸੀਰੀਜ਼ ਹੈਗੀ ਹੈ ਪੰਜਾਬ ਜੀਕੇ ਕੰਪਲੀਟ ਪੰਜਾਬ ਦੇ ਪ੍ਰੀਵੀਅਸ ইয়ার ਪੇਪਰ ਵੀ ਜਿਹੜੇ ਜਰਨਲ ਨੌਲੇਜ ਦੇ ਕੁਐਸਚਨ ਆਏ ਪਏ ਨੇ ਤੁਸੀਂ ਉਹ ਵੀ ਸੀਰੀਜ਼ ਬਹੁਤ ਅੱਛੀ ਸੀਰੀਜ਼ ਹੈ ਦੇਖ ਸਕਦੇ ਹੋ ਮੈਨਸੂਰੇਸ਼ਨ ਐਗਰੀਕਲਚਰ ਦੇ ਲਈ ਤੁਸੀਂ ਦੇਖ ਸਕਦੇ ਹੋ ਐਗਰੀਕਲਚਰ ਵੀ ਹੈਗੇ ਨੇ ਮਤਲਬ ਕਾਫੀ ਕੁਝ ਹੈਗੇ ਨੇ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਨਗਾ ਟੋਟਲ ਮੰਡੀਆਂ ਇਨ ਪੰਜਾਬ ਤਾਂ ਆਪਣੇ ਪੰਜਾਬ ਦੇ ਟੋਟਲ ਮੰਡੀਆਂ ਕਿੰਨੀਆਂ ਨੇ 4035 ਤਾਂ ਇਹ ਨਿਊਜ਼ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਮੰਡੀ ਸਿਸਟਮ ਹੈਗਾ ਆਪਣੇ ਪੰਜਾਬ ਦੇ ਵਿੱਚ ਤਾਂ ਝੋਨੇ ਦੀ ਹੁਣ ਖਰੀਦਦਾਰੀ ਚੱਲ ਰਹੀ ਹੈ ਤਾਂ ਟੋਟਲ ਕਿੰਨੀਆਂ ਮੰਡੀਆਂ ਦੇ ਵਿੱਚ ਚੱਲ ਰਹੀ ਹੈ 4035 ਮੰਡੀਆਂ ਦੇ ਵਿੱਚ ਇਸ ਤਰੀਕੇ ਨਾਲ ਕੁਐਸਚਨ ਆ ਸਕਦਾ ਹੈ ਨੈਕਸਟ ਹੈ ਨੈਸ਼ਨਲ PSU अवार्ड 2020 ਬਹੁਤ ਇੰਪੋਰਟੈਂਟ ਹੈ ਨੈਸ਼ਨਲ PSU अवार्ड 2020 ਜਿਹੜਾ ਮਿਲਿਆ ਹੈਗਾ ਇਹ ਆਪਣੇ ਪੰਜਾਬ ਦੀ ਕਾਵਿਕ ਐਪ ਨੂੰ ਮਿਲਿਆ ਤਾਂ ਕਾਵਿਕ ਐਪ ਨੂੰ ਮਿਲਿਆ ਕਾਵਿਕ ਐਪ ਤਾਂ ਕਾਵਿਕ ਐਪ ਨੂੰ ਮਿਲਿਆ ਹੈਗਾ ਇਹ ਪੰਜਾਬ ਮੰਡੀ ਬੋਰਡ ਨੇ ਬਣਾਈ ਹੈਗਾ ਕਾਵਿਕ ਐਪ ਤਾਂ ਕਾਵਿਕ ਦੀ ਫੁੱਲ ਫਾਰਮ ਵੀ ਆ ਸਕਦੀ ਹੈਗਾ ਕੁਇਕ ਵੀਡੀਓ ਕਾਲਿੰਗ ਤਾਂ ਕੁਇਕ ਵੀਡੀਓ ਕਾਲਿੰਗ ਕਾਵਿਕ ਐਪ ਹੈ ਜਿਹੜੀ ਇਸ ਨੂੰ ਆਪਣਾ ਆਪਣਾ ਅਵਾਰਡ ਮਿਲਿਆ ਪੀਐਸਯੂ ਦਾ ਨੈਸ਼ਨਲ ਅਵਾਰਡ ਮਿਲਿਆ ਇਸ ਵਾਰੀ ਕਿਹੜੀ ਕੈਟਾਗਰੀ ਵਿੱਚ ਮਿਲਿਆ ਹੈਗਾ ਡਿਜੀਟਲ ਟਰਾਂਸਫਾਰਮੇਸ਼ਨ ਡਿਊਰਿੰਗ ਕੋਵਿਡ 19 ਤਾਂ ਹੋਪ ਕਰਦਾ ਤੁਹਾਨੂੰ ਪਾਰਟ 1 ਬਹੁਤ ਅੱਛਾ ਲੱਗਿਆ ਹੋਗਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਪੰਜਾਬ ਕਰੰਟ ਅਫੇਅਰ ਕਿਵੇਂ ਦੇ ਲੱਗੇ ਨੇ ਫਸਟ ਪਾਰਟ ਹੈਗਾ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਅੱਗੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਤੇ ਨੈਕਸਟ ਪਾਰਟ ਆਪਣਾ ਜਲਦੀ ਹੀ ਮੈਂ ਲਾਂਚ ਕਰੂੰਗਾ ਸੈਕੰਡ ਪਾਰਟ ਇਸ ਦਾ ਥੈਂਕਸ ਟੂ एवरीवन फॉर ਵਾਚਿੰਗ ਮਾਈ ਵੀਡੀਓ